आर्मी की भर्ती आ चुकी आ ते ज्वाइन इंडिया आर्मी अग्निवीर रैली रिक्यूरमेंट 2022 मतलब कि हुण जिहड़ी नवी एक योजना लिआंदी सरकार वल्लों उहदे अकॉर्डिंग तुहानूं वी पता सारिआं नूं कि उहदे अकॉर्डिंग ऐतकी भर्ती होणी आ अग्निवीर जिहड़ी हैगी आ तां 3 सेनावां जिहड़ियां हैगियां आपणीआं उहनां विच अग्निवीर योजना दे तहत मतलब कि होणी आ ਭਰਤੀ ਤਾਂ ਅਗਨੀਵੀਰ ਤਾਂ ਇਹ ਨਹੀਂ ਮਤਲਬ ਹੁੰਦਾ ਕਿ ਸਾਰਿਆਂ ਨੂੰ ਹੀ ਉਹਨਾਂ ਨੇ ਭੇਜ ਦੇਣਾ ਕੁਛ ਨੂੰ ਉਹਨਾਂ ਨੇ ਰੱਖ ਲੈਣਾ ਵਾ ਕੁਛ ਨੂੰ ਕਿਸੇ ਡਿਪਾਰਟਮੈਂਟ ਭੇਜ ਦੇਣਾ ਹਾਂ ਕੁਛ ਨੂੰ 50% ਦੇ ਮੇਬੀ ਜਾਂ 60% ਮਤਲਬ ਕਿ ਰਿਟਾਇਰਮੈਂਟ ਦੇ ਦੇਣਗੇ ਚਲੋ ਇਹ ਹੈ ਕਿ ਵਧੀਆ ਮੌਕਾ ਵਾ ਬਾਕੀ ਜਿੰਨਾ ਟਾਈਮ ਵੀ ਜੋਬ ਮਿਲਦੀ ਆ ਬਾਕੀ ਹੈ ਕਿ ਓਪਰਚੁਨਿਟੀ ਹੋਰ ਵੀ ਤੁਹਾਨੂੰ ਦੇਣਗੇ ਇਹ ਨਹੀਂ ਹੁੰਦਾ ਕਿ ਨਹੀਂ ਦੇਣਗੇ ਬਾਕੀ ਹੈ ਕਿ ਜਿੰਨੀਆਂ ਵੀ ਆਰਮੀ ਦੀਆਂ ਭਰਤੀਆਂ ਪੰਜਾਬ ਦੇ ਅੰਦਰ ਜਾਂ ਹੋਰ ਕਿਤੇ ਵੀ ਹਰਿਆਣਾ ਜਾਂ ਦੇਸ਼ ਦੇ ਵਿੱਚ ਆਉਣੀਆਂ ਨੇ ਉਹਨਾਂ ਸਾਰਿਆਂ ਦਾ ਹੀ ਉਹਨਾਂ ਨੇ ਮਿਲ ਕੇ ਇੱਕ ਨੋਟੀਫਿਕੇਸ਼ਨ ਦੇ ਦਿੱਤਾ ਵਾ ਕਦੋਂ ਕਦੋਂ ਰੈਲੀ ਹੈਗੀ ਆ ਜਿੱਦਾਂ ਮਤਲਬ ਤੁਹਾਡੀ ਜਿਹੜਾ ਵੀ ਜ਼ਿਲ੍ਹਾ ਜਿਹਦੇ ਅੰਦਰ ਪੈਂਦਾ ਵਾ ਜਿਹਦੇ ਅੰਦਰ ਤੁਹਾਡੀ ਰੈਲੀ ਹੁੰਦੀ ਆ ਆਰਮੀ ਦੀ ਮਤਲਬ ਕਿ ਆਰਮੀ ਦੀ ਭਰਤੀ ਹੁੰਦੀ ਆ ਉਹ ਦੱਸਦਾ ਵਾ ਕਦੋਂ ਤੱਕ ਆ ਤਾਂ ਤੁਸੀਂ ਅਪਲਾਈ ਕਰ ਸਕਦੇ ਹੋ ਜੀ ਠੀਕ ਆ ਜੀ ਅਤੇ ਜੇ ਆਪਾਂ ਗੱਲ ਕਰਦੇ ਹਾਂ ਜੀ ਫੀਸ ਦੀ ਐਪਲੀਕੇਸ਼ਨ ਫੀਸ ਦੀ ਕਿਸੇ ਵੀ ਕੈਟਾਗਰੀ ਦੀ ਕੋਈ ਫੀਸ ਨਹੀਂ ਆ ਜੀ ਅਤੇ ਸਾਰੇ ਹੀ ਕੈਂਡੀਡੇਟ ਦੀ ਕੋਈ ਫੀਸ ਨਹੀਂ ਆ ਠੀਕ ਆ ਜੀ ਅਤੇ 18 ਜੂਨ ਉਹਨਾਂ ਨੇ ਦਿੱਤਾ ਸੀ ਪਾ ਕੇ ਕਿ ਹੁਣ ਰੈਲੀ ਪੂਰੀ ਚੰਗੀ ਤਰ੍ਹਾਂ ਦੇ ਦਿੱਤੀ ਉਹਨਾਂ ਨੇ ਮਤਲਬ ਕਿ ਪ੍ਰੋਸੈਸ ਦੇ ਕੇ ਦਿੱਤਾ ਵਾ ਅਤੇ ਇਹਨਾਂ ਨੇ ਇਹ ਦੱਸਿਆ ਕਿ 1600 ਮੀਟਰ ਰੇਸ ਹੋਣੀ ਆ ਠੀਕ ਆ ਜੀ 5 ਮਿੰਟ 30 ਸੈਕਿੰਡ ਦਿੱਤੇ ਜਾਣਗੇ ਠੀਕ ਆ ਪੁਸ਼ਅਪ ਪਾਉਣਗੇ ਅਤੇ ਇੱਕ ਟੋਆ ਵਗੈਰਾ ਟੱਪ ਦੇ ਵਗੈਰਾ ਹੈਗਾ ਵਾ ਠੀਕ ਆ ਜੀ ਇੱਕ ਬੈਲੈਂਸ ਵਗੈਰਾ ਰੱਖਣਾ ਪੈਂਦਾ ਵਾ ਬਾਕੀ ਫਿਜ਼ੀਕਲ ਟੈਸਟ ਬਾਰੇ ਤਾਂ ਸਾਰਿਆਂ ਨੂੰ ਪਤਾ ਵਾ ਜੀ ਜੇ ਐਜੂਕੇਸ਼ਨ ਕੁਆਲੀਫਿਕੇਸ਼ਨ ਦੀ ਗੱਲ ਕਰਦੇ ਹਾਂ 8ਵੀਂ ਬੇਸ 'ਤੇ ਵੈਕੈਂਸੀ ਵੀ ਹੈਗੀ ਆ ਜੀ 10ਵੀਂ ਬੇਸ 'ਤੇ ਵੀ ਅਤੇ +2 ਬੇਸ 'ਤੇ ਵੀ ਆ ਅਤੇ ਏਜ ਦੀ ਗੱਲ ਕਰਦੇ ਹਾਂ 17.5 ਤੋਂ ਲੈ ਕੇ 23 ਸਾਲ ਵਾਲਾ ਐਲੀਜੀਬਲ ਆ ਇਹਦੇ ਲਈ ਬਾਕੀ ਇਹਦੇ ਬਾਰੇ ਤਾਂ ਏਜ ਦੇ ਰਿਗਾਰਡਿੰਗ ਜਾਂ ਹੋਰ ਚੀਜ਼ਾਂ ਦੇ ਬਾਰੇ ਸਾਰਿਆਂ ਨੂੰ ਪਤਾ ਵਾ ਠੀਕ ਆ ਜੀ ਤਾਂ ਇਹਨਾਂ ਨੇ ਨਾਲ ਦੱਸਿਆ ਕਿ ਏਰੀਆ ਨੇਮ ਦੱਸਿਆ ਕਿ ਕਿੱਥੇ ਕਿੱਥੇ ਆਉਣੀ ਆ ਠੀਕ ਆ ਰੈਲੀ ਕਦੋਂ ਆ ਜੀ ਰਜਿਸਟ੍ਰੇਸ਼ਨ ਉਹਦੀ ਕਦੋਂ ਤੋਂ ਸਟਾਰਟ ਆ ਠੀਕ ਆ ਅਤੇ ਜਿੱਦਾਂ ਮੰਨ ਲਓ ਕਿ ਇਹਦੇ ਵਿੱਚ ਤੁਸੀਂ ਆਪਣਾ ਦੇਖ ਸਕਦੇ ਹੋ ਤੁਹਾਡਾ ਜ਼ਿਲ੍ਹਾ ਠੀਕ ਆ ਕਿੱਥੇ ਕਿੱਥੇ ਆਉਂਦਾ ਵਾ ਜਿੱਦਾਂ ਮੰਨ ਲਓ ਆਪਣੇ ਇੱਥੇ ਇਹ ਪੰਜਾਬ ਦੇ ਅੰਦਰ ਕਿੱਥੇ ਕਿੱਥੇ ਆਉਂਦੀ ਆ ਜੀ ਉਹ ਤੁਸੀਂ ਵੇਖੋਗੇ ਬਾਕੀ ਜਿਹੜਾ ਵੀ ਤੁਹਾਡਾ ਗਾਜ਼ੀਆਬਾਦ ਹੋ ਗਿਆ ਕਿੱਥੇ ਵੀ ਤੁਹਾਡੇ ਆਉਂਦਾ ਜੀ ਉਹਦਾ ਤਾਂ ਇਹ ਦੱਸਿਆ ਕਿ ਕਦੋਂ ਤੋਂ ਮਤਲਬ ਕਿ ਹੈਗੀ ਆ ਰੈਲੀ ਆ ਜੀ ਠੀਕ ਆ ਤੁਹਾਨੂੰ ਫਿਰ ਦੱਸਦਾ ਕਿ ਏਰੀਆ ਨੇਮ ਕਿੱਥੇ ਕਿਹੜੇ ਏਰੀਏ ਦੇ ਵਿੱਚ ਤੁਹਾਡੀ ਮਤਲਬ ਕਿ ਜਿਹੜੀ ਵੈਕੈਂਸੀ ਆਉਂਦੀ ਆ ਰੈਲੀ ਦੀ ਡੇਟ ਕਦੋਂ ਆ ਹੈ ਰਜਿਸਟ੍ਰੇਸ਼ਨ ਕਦੋਂ ਤੋਂ ਸਟਾਰਟ ਆ ਤਾਂ ਨੋਟੀਫਿਕੇਸ਼ਨ ਵੀ ਕਲਿੱਕ ਕਰਕੇ ਦੇਖ ਸਕਦੇ ਹੋ ਮੈਂ ਨੋਟੀਫਿਕੇਸ਼ਨ ਵੀ ਕਲਿੱਕ ਕਰਕੇ ਦਿਖਾਊਂਗਾ ਜੀ ਪਰ ਮੈਂ ਜ਼ਿਆਦਾਤਰ ਕਿਸੇ ਪੰਜਾਬ ਦਾ ਕਰੂੰ ਕਿਉਂਕਿ ਪੰਜਾਬ ਨਾਲ ਮੇਰੇ ਨਾਲ ਜ਼ਿਆਦਾ ਹੈਗੇ ਜਿੱਦਾਂ ਫਤਿਹਗੜ੍ਹ ਸਾਹਿਬ ਹੋ ਗਿਆ ਜੀ ਫਤਿਹਗੜ੍ਹ ਸਾਹਿਬ ਸਰ ਦੇਖ ਸਕਦੇ ਹੋ ਜੀ ਇਹਦੀ 19 ਅਗਸਤ ਤੋਂ 15 ਅਗਸਤ ਦੇ ਵਿੱਚ ਹੈਗੀ ਆ ਰੈਲੀ ਅਤੇ 1 ਜੁਲਾਈ ਤੋਂ ਲੈ ਕੇ 30 ਜੁਲਾਈ ਦੇ ਵਿੱਚ ਇਹਦੀ ਰਜਿਸਟ੍ਰੇਸ਼ਨ ਹੋਣੀ ਆ ਇਹਦੇ ਬਾਰੇ ਤਾਂ ਪਹਿਲਾਂ ਮੈਂ ਦੱਸ ਚੁੱਕਿਆ ਸੀ ਪਾਤੀ ਮੈਂ ਨੋਟੀਫਿਕੇਸ਼ਨ ਤਾਂ ਇਹ ਹੈ ਕਿ ਹੁਣ ਦਿੱਲੀ ਰਾਜਸਥਾਨ ਝਾਰਖੰਡ ਇਹਨਾਂ ਦੀ ਹੋ ਗਈ ਆ ਅਤੇ ਜਿਹੜੀਆਂ ਮੈਂ ਉੱਪਰ ਆਈਆਂ ਸੀ ਉਹਦੇ ਬਾਰੇ ਤਾਂ ਸਾਰਿਆਂ ਨੂੰ ਪਹਿਲਾਂ ਪਤਾ ਸੀ ਉਦੋਂ ਮੈਂ ਨੋਟੀਫਿਕੇਸ਼ਨ ਉਹਨਾਂ ਨੇ ਪਾਏ ਹੋਏ ਸੀ ਉਦੋਂ ਠੀਕ ਆ ਅਤੇ ਹੁਣ ਅਦਰ ਸਟੇਟ ਦੇ ਅਕੋਰਡਿੰਗ ਆ ਤਾਂ ਰੈਲੀ ਹੈਗੀ 1 ਅਕਤੂਬਰ ਦੇ ਵਿੱਚ ਜੀ ਠੀਕ ਆ ਜੀ ਅਤੇ 1 ਅਗਸਤ ਦੇ ਵਿੱਚ ਸਟਾਰਟ ਹੋ ਜਾਣਾ ਵਾ ਅਪਲਾਈ ਕਰਨਾ ਅਤੇ ਜਿੱਥੇ ਵੀ ਤੁਹਾਡੀ ਮਤਲਬ ਕਿ ਆਉਂਦੀ ਆ ਜੀ ਸਾਰਿਆਂ ਨੂੰ ਪਤਾ ਹੁੰਦਾ ਵਾ ਕਿ ਕਿੱਥੇ ਉਹਨਾਂ ਦੀ ਆਉਂਦੀ ਜਿੱਦਾਂ ਤਿੱਬੜੀ ਹੋ ਗਿਆ ਜੀ ਠੀਕ ਆ ਗੁਰਦਾਸਪੁਰ ਦੇ ਵਿੱਚ ਉਹਨਾਂ ਦੀ 1 ਸਤੰਬਰ ਤੋਂ ਮਤਲਬ ਕਿ ਉਹਨਾਂ ਦੀ ਰੈਲੀ ਸਟਾਰਟ ਆ ਜੀ ਅਤੇ 5 ਜੁਲਾਈ ਤੋਂ ਲੈ ਕੇ 3 ਅਗਸਤ ਦੇ ਵਿੱਚ ਵਿੱਚ ਉਹਨਾਂ ਦੀ ਰਜਿਸਟ੍ਰੇਸ਼ਨ ਆਉਂਦੀ ਆ ਅਤੇ ਵੈਸੇ ਰਜਿਸਟ੍ਰੇਸ਼ਨ ਚੱਲਦੀ ਪਈ ਸਾਰਿਆਂ ਨੂੰ ਪਤਾ ਗੁਰਦਾਸਪੁਰ ਏਰੀਆ ਵਾਲਿਆਂ ਨੂੰ ਅਤੇ ਜਿਹੜੇ ਇੱਧਰ ਹੈਗੇ ਆ ਜੀ ਹੋਰ ਅਤੇ ਬਾਕੀ ਹੈ ਕਿ ਜਿਨ੍ਹਾਂ ਦੀ ਮਤਲਬ ਕਿ ਇੱਥੇ ਵਿੱਚ ਨਾਮ ਰੈਲੀ 'ਚ ਨਹੀਂ ਹੋਊਗਾ ਜੀ ਉਹਨੂੰ ਅਦਰ ਰੈਲੀ ਰਿਕਰੂਟਮੈਂਟ ਡਿਟੇਲ ਦੇਣਗੇ ਮਤਲਬ ਕਿ ਉਹਨਾਂ ਦੀ ਰਿਕਰੂਟਮੈਂਟ ਦੀ ਡਿਟੇਲ ਵੱਖਰੀ ਆਊਗੀ ਜੀ ਜਿੱਦਾਂ ਮੰਨ ਲਓ ਕਈ ਏਰੀਏ ਦੀ ਮਤਲਬ ਕਿ ਰੈਲੀ ਹਾਲੇ ਨਹੀਂ ਹੋਈ ਉਹਨਾਂ ਦੀ ਰੈਲੀ ਤੋਂ ਬਾਅਦ ਦੱਸਣਗੇ ਜਿੱਦਾਂ ਲੁਧਿਆਣੇ ਦੀ ਹੋ ਗਈ ਪਟਿਆਲੇ ਦੀ ਹੋ ਗਈ ਇਹਨਾਂ ਦੀ ਵੀ ਰੈਲੀ ਹੈਗੀ ਆ ਹਿਸਾਰ ਦੀ ਹੋ ਗਈ ਠੀਕ ਆ ਹਰਿਆਣੇ ਦੀ ਆ ਬੰਗਲੌਰ ਹੋ ਗਿਆ ਤਾਂ ਡਿਸਟ੍ਰਿਕਟ ਵਾਈਜ਼ ਸਟੇਟ ਵਾਈਜ਼ ਮਤਲਬ ਕਿ ਦੱਸਿਆ ਹੋਇਆ ਇਹਨਾਂ ਨੇ ਬਾਕੀ ਇਹ ਕਿ ਜਿੱਦਾਂ ਇੱਕ ਡਿਸਟ੍ਰਿਕਟ ਦੇ ਵਿੱਚ ਆਉਂਦੀ ਆ ਜੀ ਉਹਦੇ ਡਿਸਟ੍ਰਿਕਟ ਦੇ ਵਿੱਚ ਸਾਰੇ ਹੀ ਆਉਂਦੇ ਆ ਕੈਟ ਮਤਲਬ ਕਿ ਸਾਰੇ ਏਟੀਆਟ ਵਿੱਚ ਉਹਦੇ ਆ ਜਾਂਦੇ ਆ ਜਿੱਦਾਂ ਪਟਿਆਲੇ ਦੀ ਰੈਲੀ ਹੈਗੀ ਆ ARO ਦੀ ਨਾਗਪੁਰ ਹੋ ਗਏ ਬਾਕੀ ਤੁਸੀਂ ਦੇਖ ਸਕਦੇ ਹੋ ਜੀ ਤੁਹਾਡੇ ਸਾਹਮਣੇ ਵੀ ਆ ਤੁਸੀਂ ਵੀ ਜੁਆਇਨ ਇੰਡੀਆ ਆਰਮੀ ਦੇ ਜਾਂ ਸਰਕਾਰੀ ਰਿਜ਼ਲਟ ਇੱਕ ਆ ਉਹ 'ਤੇ ਵੀ ਦੇਖ ਸਕਦੇ ਹੋ ਜਾਂ ਸ਼੍ਰੀਨਗਰ ਦੀ ਹੋ ਗਈ ਕਈਆਂ ਦੀ ਇੱਦਾਂ ਹੁੰਦੀ ਆ ਕਿ ਕਈਆਂ ਦਾ ਜਿੱਦਾਂ ਰਿਲੇਸ਼ਨਸ਼ਿਪ ਹੁੰਦਾ ਵਿੱਚ ਮਾਪਿਆਂ ਦੇ ਕਰਕੇ ਕਈ ਆਰਮੀ 'ਚ ਮੈਂਬਰ ਹੁੰਦਾ ਜਿੰਨਾ ਉਹਨਾਂ ਦਾ ਜਿੱਦਾਂ ਗੁਰਦਾਸਪੁਰ ਦੀ ਆ ਤੁਹਾਨੂੰ ਪਤਾ ਉਹਦੇ ਬਾਰੇ ਇਹਦੇ ਬਾਰੇ ਤਾਂ ਜ਼ਿਆਦਾ ਤਿੱਬੜੀ ਵਗੈਰਾ ਹੈਗੀ ਆ ਬਾਕੀ ਇਹਦੇ ਵਿੱਚ ਆਪਾਂ ਕੁਆਲੀਫਿਕੇਸ਼ਨ ਹੋਰ ਦੇਖ ਲੈਂਦੇ ਜੇ ਮਤਲਬ ਹੈਗੀ ਜ਼ਰੂਰੀ ਬਾਕੀ ਇੱਥੋਂ ਵਾਲੇ ਤਾਂ ਅਪਲਾਈ ਜ਼ਰੂਰ ਕਰਨ ਕਿਉਂਕਿ ਜਿਹੜੇ ਲਾਗੇ ਲਾਗੇ ਦੇ ਪੈਂਦੇ ਆ ਅਤੇ ਜਿਨ੍ਹਾਂ ਦੀ ਨਹੀਂ ਆਈ ਹਲੇ ਰੈਲੀ ਵਗੈਰਾ ਉਹ ਵੇਟ ਕਰ ਲੈਣ ਉਹਨਾਂ ਦੀ ਜਲਦੀ ਉਹਨਾਂ ਦਾ ਨੋਟੀਫਿਕੇਸ਼ਨ ਦੇ ਦੇਣਾ ਵਾ
ਅਤੇ ਕਿੰਨੇ ਸਾਲ ਉਹਨਾਂ ਨੇ ਮਤਲਬ ਕਿ ਪੇ ਵਗੈਰਾ ਦੇਣੀ ਆ, ਕਿੰਨਾ ਮਤਲਬ ਕਿ ਫੰਡ ਵਗੈਰਾ, ਮੇਰੇ ਕੋਲ ਸਾਰਾ ਕੁਝ ਦੱਸਿਆ ਗਿਆ ਵਾ ਜੀ, ਕਿੰਨੀ ਤਨਖਾਹ ਵੱਧਦੀ ਜਾਣੀ ਮਹੀਨੇ ਮਹੀਨੇ ਬਾਅਦ, ਹਰੇਕ ਸਾਲ 'ਚ ਤੁਹਾਨੂੰ 3 ਮਹੀਨੇ ਛੁੱਟੀ ਦਿੱਤੀ ਜਾਣੀ ਆ, ਮਤਲਬ ਕਿ 4 ਸਾਲਾਂ ਵਿੱਚ ਮਤਲਬ ਕਿ 1 ਸਾਲ ਛੁੱਟੀ ਲਾ ਲਓ, 3 ਸਾਲ ਸਰਵਿਸ ਲਾ ਲਓ। ਬਾਕੀ ਤੁਹਾਡੇ ਸਰਟੀਫਿਕੇਟ ਕਿਹੜੇ ਕਿਹੜੇ ਹੋਣੇ ਚਾਹੀਦੇ ਆ ਅਤੇ ਕਿੰਨਾ ਤੁਹਾਡਾ ਵੇਟ ਹੋਣਾ ਚਾਹੀਦਾ, ਬਾਕੀ ਫਿਜ਼ੀਕਲ ਤਾਂ ਸਾਰਿਆਂ ਨੂੰ ਪਤਾ ਜੀ, ਠੀਕ ਆ ਜੀ, ਭਾਰ ਦੇ ਅਕੋਰਡਿੰਗ, ਤੁਹਾਡੇ ਸਾਈਡ ਦੇ ਅਕੋਰਡਿੰਗ ਕਿੰਨਾ ਕੱਦ ਭਾਰ ਹੋਣਾ ਚਾਹੀਦਾ ਉਹਦੇ ਬਾਰੇ ਦੱਸਿਆ ਵਾ, ਗਰੁੱਪ 1 'ਚ ਕਿਹੜੇ ਕਿੰਨੇ ਮਿੰਟ ਆਉਣਗੇ ਉਹ ਸਾਰਾ ਕੁਝ ਦੱਸਿਆ, ਮੈਡੀਕਲ ਟੈਸਟ ਹੋਊਗਾ, ਐਡਮਿਟ ਕਾਰਡ ਕਿੱਦਾਂ ਨਾ, ਸਾਰਾ ਕੁਛ ਹੀ ਤੁਹਾਨੂੰ ਇਨਫੋਰਮੇਸ਼ਨ ਇਹਦੇ ਵਿੱਚ ਦੱਸੀ ਗਈ ਆ, ਠੀਕ ਆ, ਕਿੰਨੇ ਮਾਰਕਸ ਤੁਹਾਨੂੰ ਦਿੱਤੇ ਜਾਣਗੇ, ਠੀਕ ਆ, ਕੋਈ ਅਦਰ ਕੋਟੀ ਨਾਲ ਸੰਬੰਧਿਤ ਹੁੰਦਾ ਵਾ, NCC ਵਾਲੇ ਕਿੰਨੇ ਮਤਲਬ ਕਿ ਨੰਬਰ ਮਾਫ, ਉਹ ਦੱਸੀ ਚੀਜ਼ਾਂ ਦੱਸੀਆਂ ਗਈਆਂ ਵਾ, ਅਤੇ ਕਿਹੜਾ ਕਿਹੜਾ ਸਰਟੀਫਿਕੇਟ ਜੇ ਮਤਲਬ ਕਿ ਤੁਸੀਂ ਅਦਰ ਕੈਟਾਗਰੀ ਨੂੰ ਹੈਗੇ ਸੰਬੰਧਿਤ, ਕਿਹੜਾ ਕਿਹੜਾ ਤੁਹਾਡਾ ਸਰਟੀਫਿਕੇਟ ਹੋਣਾ ਚਾਹੀਦਾ ਉਹਦੇ ਬਾਰੇ ਦੱਸਿਆ ਗਿਆ, ਨੋਟੀਫਿਕੇਸ਼ਨ ਟੈਲੀਗ੍ਰਾਮ 'ਤੇ ਗਰੁੱਪ 'ਤੇ ਅਵੇਲੇਬਲ ਹੈ, ਇੱਕ ਮੈਂ ਨੋਟੀਫਿਕੇਸ਼ਨ ਪਾ ਦੂੰਗਾ, ਬਾਕੀ ਤੁਸੀਂ ਆਪਣੇ ਡਿਸਟ੍ਰਿਕਟ ਸਟੇਟ ਦੇ ਅਕੋਰਡਿੰਗ ਦੇਖ ਸਕਦੇ ਹੋ ਜੀ, ਅਤੇ ਬਾਕੀ ਜਿਨ੍ਹਾਂ ਦੀ ਹਲੇ ਰੈਲੀ ਨਹੀਂ ਆਈ ਜੀ ਉਹ ਵੇਟ ਕਰ ਲੈਣ, ਉਹਨਾਂ ਦਾ ਵੀ ਮਤਲਬ ਕਿ ਰਿਕਰੂਟਮੈਂਟ ਦੇ ਦੇਣਗੇ ਤੁਹਾਨੂੂੰ, ਇਸੇ ਵਾਰ ਮੈਂ ਐਂਡ ਦੇ ਤਾਂ ਖੜਿਆ ਸੀ ਕਿਉਂਕਿ ਤੁਹਾਨੂੰ ਦਿਖਾਇਆ ਕਿ ਹਲੇ ਵੀ ਕਈਆਂ ਦੀ ਰੈਲੀ ਹੈਗੀ ਆ, ਕਿਉਂਕਿ ਸਾਰੇ ਦੇਸ਼ ਦੇ ਵਿੱਚ ਮਤਲਬ ਕਿ ਉਹਦੇ ਅਕੋਰਡਿੰਗ ਹੀ ਭਰਤੀ ਹੋਣੀ ਹੈ ਯੋਜਨਾ ਦੇ ਐਕਟ ਦੇ ਅਕੋਰਡਿੰਗ। ਬਾਕੀ ਇਹ ਟੈਲੀਗ੍ਰਾਮ 'ਤੇ ਸਾਡੇ ਨੋਟੀਫਿਕੇਸ਼ਨ ਹੈਗਾ ਜੀ, ਤਾਂ ਉਹ ਗੁਰਦਾਸਪੁਰ ਵਾਲੇ, ਠੀਕ ਹੈ, ਜਿਵੇਂ ਤਿਬੜੀ ਹੁੰਦੀ ਆ, ਪਹਿਲਾਂ ਹੁੰਦਾ ਸੀ ਕਿ ਤਿਬੜੀ ਸਾਰੇ ਇੱਦਾਂ ਅੰਮ੍ਰਿਤਸਰ ਵਾਲੇ, ਤਰਨ ਤਾਰਨ ਵਾਲੇ, ਇੱਧਰ ਵਾਲੇ ਵੀ ਹੁੰਦੇ ਸੀ ਰਿਜੀਬਲ, ਹੁਣ ਥੋੜ੍ਹਾ ਵੰਡ ਵੰਡ ਕੱਤੇ ਉਹਨਾਂ ਨੇ, ਤਾਂ ਜਦੋਂ ਵੀ ਤੁਹਾਡਾ ਆਉਂਦਾ ਜੀ ਨੇਮ, ਅਤੇ ਤੁਸੀਂ ਉਦੋਂ ਟਾਈਮ ਤੋਂ ਰਜਿਸਟ੍ਰੇਸ਼ਨ ਕਰੋ, ਕੋਈ ਫੀਸ ਨਹੀਂ ਆ, ਫਰੀ ਕੋਸਟ ਆ ਐਪਲੀਕੇਸ਼ਨ, ਕੋਈ ਫੀਸ ਨਹੀਂ ਆ, ਅਤੇ ਆਪਣੀ ਰਜਿਸਟ੍ਰੇਸ਼ਨ ਕਰਕੇ ਅਤੇ ਆਪਣੀ ਤਿਆਰੀ ਰੱਖੋ ਜੀ, ਅਤੇ ਆਲ ਦੀ ਬੈਸਟ, ਵਾਹਿਗੁਰੂ ਮੇਰ ਕਰੇ ਕਿ ਸਾਰੇ ਦੀ ਹੀ ਸੁਣੀ ਜਾਵੇ ਅਤੇ ਸਾਰੇ ਰੁਜ਼ਗਾਰ 'ਤੇ ਲੱਗਣ, ਅਤੇ ਬਾਕੀ ਕਿਸੇ ਗੱਲ ਦਾ ਨਹੀਂ ਪਤਾ ਲੱਗਦਾ ਜੀ, ਪੁੱਛ ਸਕਦੇ ਹੋ ਜੀ।